ਸਦਤ हसन ਮੰਟੋ ਦੀ ਕਹਾਣੀ ਧੂਆ ਜਦੋਂ ਸਕੂਲ ਵੱਲ ਰਵਾਨਾ ਹੋਇਆ ਤਾਂ ਉਹਨੇ ਰਸਤੇ 'ਚ ਇੱਕ ਕਸਾਈ ਦੇਖਿਆ ਜਿਹਦੇ ਸਿਰ ਉੱਤੇ ਇੱਕ ਵੱਡਾ ਟੋਕਰਾਂ ਸੀ ਉਸ ਟੋਕਰੇ 'ਚ ਦੋ ਤਾਜ਼ਾ ਹلال ਕੀਤੇ ਬੱਕਰੇ ਸਨ ਖੱਲਾਂ ਉਤਰੀਆਂ ਹੋਈਆਂ ਸਨ ਤੇ ਉਹਨਾਂ ਦੇ ਨੰਗੇ ਗੋਸ਼ਤ 'ਚੋਂ ਧੂਆ ਨਿਕਲ ਰਿਹਾ ਸੀ ਜਗ੍ਹਾ-ਜਗ੍ਹਾ ਤੇ ਗੋਸ਼ਤ ਜਿਹਨੂੰ ਦੇਖ ਕੇ ਮਸੂਦ ਦੀਆਂ ਠੰਡੀਆਂ ਗੱਲਾਂ ਉੱਤੇ ਗਰਮੀ ਦੀਆਂ ਲਹਿਰਾਂ ਦੌੜ ਜਾਂਦੀਆਂ ਸਨ ਫਰਕ ਰਿਹਾ ਸੀ ਜਿਵੇਂ ਕਦੇ-ਕਦੇ ਉਹਦੀਆਂ ਅੱਖਾਂ ਫਰਕਿਆ ਕਰਦੀਆਂ ਸਨ ਉਸ ਵਕਤ ਸਵਾ 9 ਵਜੇ ਹੋਣਗੇ ਪਰ ਝੁਕੇ ਹੋਏ ਬੱਦਲਾਂ ਦੇ ਕਾਰਨ ਇਹ ਜਮਾਲੂਮ ਹੁੰਦਾ ਸੀ ਕਿ ਬਹੁਤਾ ਸਵੇਰਾ ਹੈ ਸਰਦੀ ਚ ਤੇਜ਼ੀ ਨਹੀਂ ਸੀ ਲੇਕਿਨ ਰਾਤ ਚੱਲਦੇ ਆਦਮੀਆਂ ਦੇ ਮੂੰਹ ਚੋਂ ਗਰਮ ਗਰਮ ਪਾਣੀ ਦੀਆਂ ਟੂਟੀਆਂ ਦੀ ਤਰੰਗਾਂੜਾ ਸਫੈਦ ਧੂਆ ਨਿਕਲ ਰਿਹਾ ਸੀ ਹਰ ਚੀਜ਼ ਬੋਝਲ ਦਿਖਾਈ ਦਿੰਦੀ ਜਿਵੇਂ ਬੱਦਲਾਂ ਦੇ ਭਾਰ ਦੇ ਹੇਠਾਂ ਦੱਬੀ ਹੋਈ ਹੈ ਮੌਸਮ ਚ ਕੁਝ ਅਜਿਹੀ ਕੈਫੀਅਤ ਲਈ ਹੋਈ ਸੀ ਜੋ ਰਬੜ ਦੇ ਜੁੱਤੇ ਪਹਿਨ ਕੇ ਚੰਨਲ ਚੱਲਣ ਨਾਲ ਹੁੰਦੀ ਹੈ ਇਦੇ باوجود ਬਾਜ਼ਾਰ ਵਿੱਚ ਲੋਕਾਂ ਦਾ ਆਉਣਾ ਜਾਣਾ جاری ਸੀ ਤੇ ਦੁਕਾਨਾਂ 'ਚ ਜ਼ਿੰਦਗੀ ਦੇ ਆਸਾਰ ਪੈਦਾ ਹੋ ਚੁੱਕੇ ਸਨ ਆਵਾਜ਼ਾਂ ਮੱਦਮ ਸਨ ਜਿਵੇਂ ਸਰਗੋਸ਼ੀਆਂ ਹੋ ਰਹੀਆਂ ਹੋਣ ਤੇ ਹੌਲੀ-ਹੌਲੀ ਲੋਕ ਕਦਮ ਉਠਾ ਰਹੇ ਸਨ ਕਿ ਜ਼ਿਆਦਾ ਉੱਚੀ ਆਵਾਜ਼ ਪੈਦਾ ਨਾ ਹੋਵੇ ਮਸੂਦ ਬਸਤਾ ਕੱਚ 'ਚ ਦੱਬੀ ਸਕੂਲ ਜਾ ਰਿਹਾ ਸੀ ਅੱਜ ਉਹਦੀ ਚਾਲ ਵੀ ਸੁਸਤ ਸੀ ਜਦੋਂ ਨੇ ਬਿਨਾ ਖੱਲ ਦੇ ਤਾਜ਼ਾ ਜਿਵਾ ਕੀਤੇ ਹੋਏ ਬੱਕਰੀਆਂ ਦੇ ਗੋਸ਼ਤ ਚੋਂ ਸਫੇਦ ਸਫੈਦ ਧੂੰਆਂ ਉੱਠਦਾ ਦੇਖਿਆ ਉਹਨੂੰ ਰਾਹਤ ਪਹੁੰਚੀ ਸੋਚਣ ਲੱਗਾ ਸਰਦੀਆਂ ਚ ਠੰਡੇ ਸਰਦ ਹੱਥਾਂ ਉੱਤੇ ਬੈਂਤ ਖਾਣ ਦੇ ਬਾਅਦ ਜੇ ਧੂੰਆਂ ਮਿਲ ਜਾਇਆ ਕਰੇ ਤਾਂ ਕਿੰਨਾ ਚੰਗਾ ਹੋਵੇ ਵਾਤਾਵਰਨ ਚ ਝੁਜਲਾਪਣ ਨਹੀਂ ਸੀ ਰੌਸ਼ਨੀ ਸੀ ਪਰ ਧੁੰਦਲੀ ਧੁੰਦ ਦੀ ਇੱਕ ਪਤਲੀ ਜੀਤ ਹੈ ਹਰ ਚੀਜ਼ ਉੱਤੇ ਚੜੀ ਹੋਈ ਸੀ ਜਿਸ ਨਾਲ ਵਾਤਾਵਰਨ ਚ ਗੰਧਲਾਪਣ ਪੈਦਾ ਹੋ ਗਿਆ ਸੀ ਇਹ ਗੰਧਲਾਪਣ ਅੱਖਾਂ ਨੂੰ ਚੰਗਾ ਲੱਗਦਾ ਸੀ ਇਸ ਲਈ ਕਿ ਨਜ਼ਰ ਆਉਣ ਵਾਲੀਆਂ ਚੀਜ਼ਾਂ ਦੀ ਨੋਕ ਪਲਕ ਕੁਝ ਮੱਧਮ ਪੈ ਗਈ ਸੀ ਮਸੂਦ ਜਦੋਂ ਸਕੂਲ ਪਹੁੰਚਿਆ ਤਾਂ ਉਹਨੂੰ ਆਪਣੇ ਸਾਥੀਆਂ ਤੋਂ ਇਹ ਪਤਾ ਕਰਕੇ ਬਿਲਕੁਲ ਵੀ ਖੁਸ਼ੀ ਨਹੀਂ ਹੋਈ ਕਿ ਸਕੂਲ ਸਕੱਤਰ ਸਾਹਿਬ ਦੀ ਮੌਤ ਦੇ ਕਾਰਨ ਬੰਦ ਕਰ ਦਿੱਤਾ ਗਿਆ ਹੈ ਸਭ ਲੜਕੇ ਖੁਸ਼ ਸਨ ਜਿਹਦਾ ਸਬੂਤ ਇਹ ਸੀ ਕਿ ਉਹ ਆਪਣੇ ਬਸਤੇ ਇੱਕ ਜਗ੍ਹਾ ਤੇ ਰੱਖ ਕੇ ਸਕੂਲ ਦੇ ਵਿਹੜੇ 'ਚ ਉਟ ਪਟਾਂਗ ਖੇਡਾਂ 'ਚ ਰੁੱਝੇ ਹੋਏ ਸਨ ਕੁਝ ਛੁੱਟੀ ਦਾ ਪਤਾ ਲੱਗਦੇ ਘਰ ਚਲੇ ਗਏ ਕੁਝ ਆ ਰਹੇ ਸਨ ਕੁਝ ਨੋਟਿਸ ਬੋਰਡ ਦੇ ਸਾਹਮਣੇ ਜਮਾ ਸਨ ਤੇ ਬਾਰ-ਬਾਰ ਇੱਕੀ ਲਾਈਨ ਪੜ ਰਏ ਸਨ ਮਸੂਦ ਨੇ ਜਦੋਂ ਸੁਣਿਆ ਵੀ ਕਤਰ ਸਾਹਿਬ ਮਰ ਗਏ ਤਾਂ ਉਹਨੂੰ ਬਿਲਕੁਲ ਅਫਸੋਸ ਨਹੀਂ ਹੋਇਆ ਉਹਦਾ ਦਿਲ ਜਜ਼ਬਾਤ ਤੋਂ ਬਿਲਕੁਲ ਖਾਲੀ ਸੀ ਹਾਲਬਤਾਂ ਉਹਨੇ ਜ਼ਰੂਰ ਸੋਚਿਆ ਕਿ ਪਿਛਲੇ ਸਾਲ ਜਦੋਂ ਉਹਦੇ ਦਾਦਾ ਜਾਨ ਦੀ ਮੌਤ ਇਨਾਂ ਹੀ ਦਿਨਾਂ 'ਚ ਹੋਈ ਸੀ ਤਾਂ ਉਹਨਾਂ ਦਾ ਜਨਾਜ਼ਾ ਲੈ ਜਾਣ 'ਚ ਬੜੀ ਦਿੱਕਤ ਹੋਈ ਸੀ ਇਸ ਲਈ ਕਿ ਬਾਰਿਸ਼ ਸ਼ੁਰੂ ਹੋ ਗਈ ਸੀ ਉਹ ਵੀ ਜਨਾਜ਼ੇ ਦੇ ਨਾਲ ਗਿਆ ਸੀ ਤੇ ਕਬਰਿਸਤਾਨ 'ਚ ਚਿੱਕਨੀ ਚਿੱਕੜੀ ਦੇ ਕਾਰਨ ਐਸਾ ਫਿਸਲਿਆ ਕਿ ਖੁਦੀ ਹੋਈ ਕਬਰ 'ਚ ਡਿਰਦੇ-ਗਿਰਦੇ ਬਚਿਆ ਸੀ ਇਹ ਸਭ ਗੱਲਾਂ ਨੂੰ ਚੰਗੀ ਤਰ੍ਹਾਂ ਯਾਦ ਸੀ ਸਰਦੀ ਦੀ ਤੇਜ਼ੀ ਉਹਦੇ ਚਿੱਕੜ ਚ ਲਤਫਤ ਕੱਪੜੇ ਨੀਲੇ ਹੱਥ ਜਿਨ੍ਹਾਂ ਨੂੰ ਦੱਬਣ ਨਾਲ ਸਫੈਦ ਸਫੈਦ ਧੱਬੇ ਪੈ ਜਾਂਦੇ ਆ ਨੱਕ ਜੋ ਕੇ ਬਰਫ਼ ਦੀ ਡੜੀ ਲੱਗਦੀ ਸੀ ਤੇ ਫਿਰ ਆ ਕੇ ਹੱਥ ਪੈਰ ਧੋ ਕੇ ਕੱਪੜੇ ਬਦਲਣ ਦੀ ਕਾਰਵਾਈ ਇਹ ਸਭ ਕੁਝ ਉਹਨੂੰ ਚੰਗੀ ਤਰ੍ਹਾਂ ਯਾਦ ਸੀ ਇਸ ਲਈ ਜਦੋਂ ਉਹਨੇ ਸਕੱਤਰ ਸਾਹਿਬ ਦੀ ਮੌਤ ਦੀ ਖ਼ਬਰ ਸੁਣੀ ਤਾਂ ਉਹਨੂੰ ਬੀਤੀਆਂ ਹੋਈਆਂ ਗੱਲਾਂ ਯਾਦ ਆ ਗਈਆਂ ਤੇ ਉਹਨੇ ਸੋਚਿਆ ਜਦ ਸਕੱਤਰ ਸਾਹਿਬ ਦਾ ਜਨਾਜ਼ਾ ਉੱਠੇਗਾ ਤਾਂ ਬਾਰਿਸ਼ ਸ਼ੁਰੂ ਹੋ ਜਾਏਗੀ ਕਿ ਕਬਰਿਸਤਾਨ 'ਚ ਨਾ ਚਿੱਕੜ ਹੋ ਜਾਏਗਾ ਕਿ ਕਈ ਲੋਕ ਫੈਸਲਣਗੇ ਤੇ ਉਹਨਾਂ ਨੂੰ ਅਜਿਹੀਆਂ ਸੱਟਾਂ ਲੱਗਣਗੀਆਂ ਕਿ ਉਹ ਬਿਲਬਲ ਆ ਉੱਠਣਗੇ ਮਸੂਦ ਨੇ ਖਬਰ ਸੁਣ ਕੇ ਸਿੱਧਾ ਆਪਣੇ ਕਮਰੇ ਦਾ ਰਾਹ ਲਿਆ ਕਮਰੇ 'ਚ ਪਹੁੰਚ ਕੇ ਉਹਨੇ ਆਪਣੇ ਡੈਸਕ ਦਾ ਤਾਲਾ ਖੋਲ੍ਹਿਆ ਦੋ ਦਿਨ ਕਿਤਾਬਾਂ ਜੋ ਉਹਨੇ ਦੂਸਰੇ ਦਿਨ ਲਿਆਉਣੀਆਂ ਸੀ ਉਸੇ ਰੱਖੀਆਂ ਤੇ ਬਾਕੀ ਵਿਅਸਤਾ ਚੁੱਕ ਕੇ ਘਰ ਵੱਲ ਚੱਲ ਪਿਆ ਰਸਤੇ 'ਚ ਫੇਰ ਉਹ ਹੀ ਦੋ ਤਾਜ਼ਾ ਜਿਬਾ ਕੀਤੇ ਹੋਏ ਬੱਕਰੇ ਦੇਖੇ ਉਹਨਾਂ 'ਚੋਂ ਇੱਕ ਨੂੰ ਹੁਣ ਕਸਾਈ ਨੇ ਲਟਕਾ ਦਿੱਤਾ ਸੀ ਦੂਜਾ ਤਖਤੇ ਉੱਤੇ ਪਿਆ ਸੀ ਜਦੋਂ ਮਸੂਦ ਦੁਕਾਨ ਦੇ ਕੋਲੋਂ ਲੰਘਿਆ ਤਾਂ ਉਹਦੇ ਦਿਲ 'ਚ ਖਾਸ ਪੈਦਾ ਹੋਈ ਕਿ گوشਤ ਨੂੰ ਜਿਸ ਜਿ ਤੋਂ ਆਉਂਟ ਰਿਹਾ ਸੀ ਛੂਕੇ ਦੇਖੇ ਇਸ ਲਈ ਅੱਗੇ ਵੱਧ ਕੇ ਉਹਨੇ ਉਂਗਲੀ ਨਾਲ ਬੱਕਰੇ ਦੇ ਉਸ ਹਿੱਸੇ ਨੂੰ ਛੂਕੇ ਦੇਖਿਆ ਜੋ ਹਲੇ ਤੱਕ ਕੜਕ ਸੀ گوشਤ ਗਰਮ ਸੀ ਮਸੂਦ ਦੀ ਠੰਡੀ ਉਂਗਲੀ ਨੂੰ ਇਹ ਹਰਾਰਤ ਚੰਗੀ ਲੱਗੀ ਕਸਾਈ ਦੁਕਾਨ ਦੇ ਅੰਦਰ ਚੁਰੀਆਂ ਤੀਜ਼ ਕਰਨ 'ਚ ਲੱਗਾ ਹੋਇਆ ਸੀ ਇਸ ਲਈ ਮਸੂਦ ਨੇ ਇੱਕ ਵਾਰ ਫੇਰ ਗੋਸ਼ਤ ਨੂੰ ਛੂਕੇ ਵੇਖਿਆ ਤੇ ਉਥੋਂ ਚੱਲ ਪਿਆ ਘਰ ਪਹੁੰਚ ਕੇ ਜਦੋਂ ਉਹਨੇ ਆਪਣੀ ਮਾਂ ਨੂੰ ਸਕੱਤਰ ਸਾਹਿਬ ਦੀ ਮੌਤ ਦਾ ਮੌਦੀ ਖਬਰ ਸੁਣਾਈ ਤਾਂ ਉਹਨੂੰ ਪਤਾ ਲੱਗਾ ਕਿ ਉਹਦੇ ਅੱਬਾ ਜੀ ਉਹਨਾਂ ਦੇ ਹੀ ਜਨਾਜ਼ੇ ਦੇ ਨਾਲ ਗਏ ਹੋਏ ਹੁਣ ਘਰ 'ਚ ਸਿਰਫ ਦੋ ਹੀ ਜੀ ਸਨ ਮਾਂ ਤੇ ਵੱਡੀ ਭੈਣ ਮਾਂ ਰਸੋਈ 'ਚ ਬੈਠੀ ਸਾਗ ਪਕਾ ਰਹੀ ਸੀ ਤੇ ਵੱਡੀ ਭੈਣ ਕਲਮੂਸ ਕੋਲੋਂ ਇੱਕ ਕਾਂਗੜੀ ਲਈ ਦਰਬਾਰੀ ਦੀ ਸਰਗਮ ਯਾਦ ਕਰ ਰਹੀ ਸੀ ਕਿਉਂਕਿ ਗਲੀ ਦੇ ਦੂਜੇ ਲੜਕੇ ਗਵਰਨਮੈਂਟ ਸਕੂਲ ਚ ਪੜ੍ਹਦੇ ਸਨ ਜਿਨ੍ਹਾਂ ਉੱਤੇ ਇਸਲਾਮੀਆਂ ਸਕੂਲ ਦੇ ਸਕੱਤਰ ਦੀ ਮੌਤ ਦਾ ਕੁਝ ਅਸਰ ਨਹੀਂ ਸੀ ਪਿਆ ਇਸ ਲਈ ਮਸੂਦ ਨੇ ਖੁਦ ਨੂੰ ਬੇਕਾਰ ਮਹਿਸੂਸ ਕੀਤਾ ਸਕੂਲ ਦਾ ਕੋਈ ਕੰਮ ਵੀ ਨਹੀਂ ਸੀ 6ਵੀਂ ਜਮਾਤ ਜੋ ਕੁਝ ਪੜਾਇਆ ਜਾਂਦਾ ਉਹ ਘਰ ਚ ਆਪਣੇ ਅੱਬਾ ਜੀ ਤੋਂ ਪੜ ਚੁੱਕਾ ਹੈ ਖੇਡਣ ਦੇ ਲਈ ਵੀ ਉਸ ਕੋਲ ਕੋਈ ਚੀਜ਼ ਨਹੀਂ ਸੀ ਲੁੱਡੋ ਤੇ ਇਸ ਕਿਸਮ ਦੇ ਦੂਜੇ ਖੇਲ ਜੋ ਦੀ ਵੱਡੀ ਭੈਣ ਹਰ ਰੋਜ਼ ਆਪਣੀਆਂ ਸਹੇਲੀਆਂ ਦੇ ਨਾਲ ਖੇਡਿਆ ਕਰਦੀ ਸੀ ਉਹ ਦੀ ਸਮਝ ਤੋਂ ਬਾਹਰ ਸੀ ਕਿਉਂਕਿ ਮਸੂਦ ਨੇ ਕਦੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੀ ਉਹਨੂੰ ਸ਼ਾਇਦ ਅਜੇ ਖੇਲਾ ਨਾਲ ਕੋਈ ਲਗਾਓ ਵੀ ਨਹੀਂ ਸੀ ਬਸ ਤਾਂ ਆਪਣੀ ਜਗ੍ਹਾ ਤੇ ਰੱਖਣ ਤੇ ਕੋਟ ਉਤਾਰਨ ਤੋਂ ਬਾਅਦ ਉਹ ਰਸੋਈ 'ਚ ਆਪਣੀ ਮਾਂ ਦੇ ਕੋਲ ਬੈਠ ਗਿਆ ਤੇ ਦਰਬਾਰੀ ਸਰਗਮ ਸੁਣਦਾ ਰਿਹਾ ਜਿਸ 'ਚ ਕਈ ਦਫਾ ਸਾ, ਰੇ, ਗਾ, ਮਾ ਆਉਂਦਾ ਸੀ ਉਹਦੀ ਮਾਂ ਪਾਲ ਕੱਟ ਰਹੀ ਸੀ ਪਾਲ ਕੱਟਣ ਦੇ ਬਾਅਦ ਉਹਨੇ ਹਰੇ-ਹਰੇ ਪੱਤਿਆਂ ਦਾ ਗਿੱਲਾ ਢੇਰ ਚੁੱਕ ਕੇ ਹਾਂਡੀ 'ਚ ਪਾ ਦਿੱਤਾ ਥੋੜੀ ਦੇਰ ਤੋਂ ਬਾਅਦ ਜਦੋਂ ਪਾਲਕ ਨੂੰ ਅੰਚ ਲੱਗੀ ਤਾਂ ਉਸ ਚੋਂ ਸਫੈਦ ਸਫੈਦ ਧੂੰਆਂ ਉੱਠਣ ਲੱਗਾ। ਉਸ ਧੂੰਏ ਨੂੰ ਦੇਖ ਕੇ ਮਸੂਦ ਨੂੰ ਬੱਕਰੇ ਦਾ ਗੋਸ਼ਟ ਯਾਦ ਆ ਗਿਆ। ਇਸ ਲਈ ਉਹਨੇ ਆਪਣੀ ਮਾਂ ਨੂੰ ਕਿਹਾ ਮੇ ਜਾਨ ਅੱਜ ਮੈਂ ਕਸਾਈ ਦੀ ਦੁਕਾਨ ਤੇ ਦੋ ਬੱਕਰੇ ਦੇਖੇ। ਖਲ ਉਤਰੀ ਹੋਈ ਸੀ। ਉਹਨਾਂ ਚੋਂ ਧੂੰਆਂ ਨਿਕਲ ਰਿਹਾ ਸੀ ਬਿਲਕੁਲ ਇਸੇ ਤਰ੍ਹਾਂ ਜਿਵੇਂ ਕਿ ਸਵੇਰ ਸਵੇਰੇ ਮੇਰੇ ਮੂੰਹ ਚੋਂ ਨਿਕਲਿਆ ਕਰਦਾ ਹੈ। ਅੱਛਾ। ਇਹ ਕਹਿ ਕੇ ਉਹਦੀ ਮਾਂ ਚੁੱਲੇ 'ਚ ਲੱਕੜਾਂ ਦੇ ਕੋਲੇ ਝਾੜਨ ਲੱਗੀ। हां ਮੈਂ ਗੋਸ਼ਤ ਨੂੰ ਆਪਣੀ ਉਂਗਲੀ ਨਾਲ ਛੂ ਕੇ ਦੇਖਿਆ ਤਾਂ ਗਰਮ ਸੀ ਅੱਛਾ ਇਹ ਕਹੇ ਕਿ ਉਹਦੀ ਮਾਂ ਨੇ ਉਹ ਭਾਂਡਾ ਚੁੱਕਿਆ ਜਿਸ 'ਚ ਉਹਨੇ ਪਾਲਕ ਦਾ ਸਾਗ ਧੋਤਾ ਸੀ ਤੇ ਰਸੋਈ ਵੱਲ ਚਲੀ ਗਈ ਤੇ ਇਹ ਗੋਸ਼ਤ ਕਈ ਜਗ੍ਹਾ ਤੋਂ ਫੜਕਦਾ ਵੀ ਸੀ ਮਸੂਦ ਦੀ ਵੱਡੀ ਭੈਣ ਨੇ ਦਰਬਾਰੀ ਸਰਗਮ ਯਾਦ ਕਰਨੀ ਛੱਡਤੀ ਸੀ ਤੇ ਉਹਨੂੰ ਸੰਬੋਧਿਤ ਹੋਈ ਕਿਵੇਂ ਫੜਕਦਾ ਸੀ ਇੰਜ ਇੰਜ ਮਸੂਦ ਨੇ ਆਪਣੀਆਂ ਉਂਗਲਾਂ 'ਚ ਫੜਕਣ ਪੈਦਾ ਕਰਕੇ ਆਪਣੀ ਭੈਣ ਨੂੰ ਦਿਖਾਈ ਤੋ ਫੇਰ ਕੀ ਹੋਇਆ ਇਹ ਸਵਾਲ ਕਲਮੂਜ਼ ਨੇ ਆਪਣੇ ਸਰਗਮ ਭਰੇ ਦਿਮਾਗ ਚੋਂ ਕੁਝ ਇਸ ਤਰ੍ਹਾਂ ਤੇ ਕੱਢਿਆ ਕਿ ਮਸੂਦ ਕੁਝ ਸਮੇਂ ਲਈ ਬਿਲਕੁਲ ਸੁੱਨ ਗਿਆ ਹੋ ਗਿਆ ਫੇਰ ਕੀ ਹੋਣਾ ਸੀ ਮੈਂ ਤਾਂ ਇੰਜ ਹੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਕਸਾਈ ਦੀ ਦੁਕਾਨ ਉੱਤੇ ਗੋਸ਼ਤ ਫੜਕ ਰਿਹਾ ਸੀ ਤੇ ਮੈਂ ਉਂਗਲੀ ਨਾਲ ਛੂਕੇ ਦੇਖਿਆ ਸੀ ਗਰਮ ਸੀ ਗਰਮ ਸੀ ਅੱਛਾ ਮਸੂਦ ਇਹ ਦੱਸ ਤੂੰ ਮੇਰਾ ਇੱਕ ਕੰਮ ਕਰੇਂਗਾ ਦੱਸੋ ਆ ਮੇਰੇ ਨਾਲ ਆ ਨਹੀਂ ਪਹਿਲਾਂ ਤੁਸੀਂ ਦੱਸੋ ਕੀ ਕੰਮ ਹੈ ਤੂੰ ਆ ਤਾਂ ਸਹੀ ਮੇਰੇ ਨਾਲ ਜੀ ਨਹੀਂ ਪਹਿਲਾਂ ਦੱਸੋ ਕੰਮ ਦੇਖ ਮੇਰੀ ਕਮਰ ਚ ਬੜਾ ਦਰਦ ਹੋ ਰਿਹਾ ਮੈਂ ਪਲੰਗ ਤੇ ਲੇਟਦੀ ਹਾਂ ਤੂੰ ਜਰਾ ਪੈਰਾਂ ਨਾਲ ਦਬ ਦੇ ਚੰਗਾ ਭਾਈ ਜੋ ਹੋਇਆ ਅੱਲਾ ਦੀ ਕਸਮ ਬੜਾ ਦਰਦ ਹੋ ਰਿਹਾ ਇਹ ਕਹਿ ਕੇ ਮਸੂਦ ਦੀ ਭੈਣ ਨੇ ਆਪਣੀ ਕਮਰ ਚ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀ ਇਹ ਤੁਹਾਡੀ ਕਮਰ ਨੂੰ ਕੀ ਹੋ ਜਾਂਦਾ ਜਦੋਂ ਦੇਖੋ ਦਰਦ ਹੋ ਰਿਹਾ ਫਿਰ ਤੁਸੀਂ ਦਬਵਾਉਂਦੇ ਵੀ ਮੇਰੇ ਕੋਲੋਂ ਕਿਉਂ ਨਹੀਂ ਆਪਣੀਆਂ ਸਹੇਲੀਆਂ ਨੂੰ ਕਹਿੰਦੇ ਮਸੂਦ ਉੱਠ ਖੜਾ ਹੋਇਆ ਚਲੋ ਲੇਕਿਨ ਮੈਂ ਤੁਹਾਨੂੰ ਕਹਿ ਦਿੱਤਾ 10 ਮਿੰਟ ਤੋਂ ਜ਼ਿਆਦਾ ਮੈਂ ਬਿਲਕੁਲ ਨਹੀਂ ਦਬਾਵਾਂਗਾ ਸ਼ਾਬਾਸ਼ ਸ਼ਾਬਾਸ਼ ਉਹਦੀ ਭੈਣ ਉੱਠ ਖੜੀ ਹੋਈ ਤੇ ਸਰਗਮਾਂ ਦੀ ਕਾਪੀ ਟਾਕੀਚ ਰੱਖ ਕੇ ਉਸ ਕਮਰੇ ਵੱਲ ਰਵਾਨਾ ਹੋਈ ਜਿੱਥੇ ਉਹ ਤੇ ਮਸੂਦ ਦੋਵੇਂ ਸੌਂਦੇ ਸੀ ਵੇੜੇ ਚ ਪਹੁੰਚ ਕੇ ਉਹਨੇ ਆਪਣੀ ਦੁਖਦੀ ਹੋਈ ਰੱਗ ਸਿੱਧੀ ਕੀਤੀ ਤੇ ਉੱਪਰ ਅਸਮਾਨ ਵੱਲ ਵੇਖਿਆ ਜਿੱਥੇ ਮਟਿਆਲੇ ਬੱਦਲ ਝੁਕੇ ਹੋਏ ਸਨ ਮਸੂਦ ਅੱਜ ਬਾਰਿਸ਼ ਜ਼ਰੂਰ ਹੋਏਗੀ ਇਹ ਕਹਿ ਕੇ ਉਹਨੇ ਮਸੂਦ ਵੱਲ ਦੇਖਿਆ ਪਰ ਉਹ ਅੰਦਰ ਮੰੰਜੀ ਤੇ ਲੇਟਿਆ ਹੋਇਆ ਸੀ ਜਦੋਂ ਕਲਮੂਜ਼ ਪਲੰਘ ਤੇ ਮੂਹਦੇ ਮੂੰਹ ਲੇਟ ਗਈ ਤਾਂ ਮਸੂਦ ਨੇ ਉੱਠ ਕੇ ਘੜੀ 'ਚ ਵਕਤ ਦੇਖਿਆ ਦੇਖੋ ਬਾਜੀ 11 ਵਜਣ 'ਚ 10 ਮਿੰਟ ਬਾਕੀ ਹੈ ਮੈਂ ਪੂਰੇ 11 ਵਜੇ ਤੁਹਾਡੀ ਕਮਰ ਦਬਾਉਣੀ ਛੱਡ ਦਿਆਂਗਾ ਉਹ ਬਹੁਤ ਅੱਛਾ ਪਰ ਹੁਣ ਤੂੰ ਖੁਦਾ ਦੇ ਲਈ ਜ਼ਿਆਦਾ ਨਖਰੇ ਨਾ ਦਿਖਾ ਮੇਰੇ ਪਲੰਘ ਉੱਤੇ ਆ ਕੇ ਜਲਦੀ ਕਮਰ ਦਬਾ ਵਰਨਾ ਯਾਦ ਰੱਖ ਬੜੇ ਜ਼ੋਰ ਨਾਲ ਕੰਨ ਮਰੋੜਾਂਗੀ ਕਲਮੂਸ ਨੇ ਮਸੂਦ ਨੂੰ ਡਾਂਟਿਆ ਮਸੂਦ ਨੇ ਵੱਡੀ ਭੈਣ ਦੇ ਹੁਕਮ ਦੀ ਤਾਮੀਲ ਕੀਤੀ ਕੰਨ ਦਾ ਸਹਾਰਾ ਲੈ ਕੇ ਪੈਰਾਂ ਨਾਲ ਉਹਦੀ ਕਮਰ ਦਬਾਉਣੀ ਸ਼ੁਰੂ ਕਰ ਦਿੱਤੀ ਮਸੂਦ ਦੇ ਭਾਰ ਦੇ ਹੇਠਾਂ ਕਲਮੂਸ ਦੀ ਚੌੜੀ ਚਕਲੀ ਕਮਰ ਵਿੱਚ ਥੋੜਾ ਜਿਹਾ ਝੁਕਾ ਪੈਦਾ ਹੋ ਗਿਆ ਜਦੋਂ ਨੇ ਪੈਰਾਂ ਨਾਲ ਦਬਾਉਣਾ ਸ਼ੁਰੂ ਕੀਤਾ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮਜ਼ਦੂਰ ਮਿੱਟੀ ਗੁੰਨਦੇ ਹਨ ਤਾਂ ਕਲਮੂਸ ਨੇ ਮਜ਼ੇ ਲੈਣ ਦੀ ਖਾਤਰ ਹੌਲੀ-ਹੌਲੀ ਹਾਈ ਹਾਈ ਕਰਨਾ ਸ਼ੁਰੂ ਕਰ ਦਿੱਤਾ ਧੰਨਵਾਦ ਚਲਦਾ